ਪਾਣੀ ਇੱਕ ਉਹ ਚੀਜ਼ ਹੈ ਜਿਹਦੀ ਹਰ ਇੱਕ ਫਸਲ ਨੂੰ ਜ਼ਰੂਰਤ ਹੁੰਦੀ ਹੈ। ਜੇ ਸਹੀ ਤਰੀਕੇ ਦੇ ਨਾਲ ਇਹਦੀ ਵਰਤੋਂ ਕੀਤੀ ਜਾਵੇ ਤਾਂ ਇਹ ਜੀਵਨ ਦਾ ਕੰਮ ਵੀ ਕਰਦਾ ਹੈ। ਪਰ ਇਹੋ ਪਾਣੀ ਜੇ ਆਪਾਂ ਕੁਝ ਅਣਗਹਿਲੀਆਂ ਕਰਦੇ ਹਾਂ ਜਾਂ ਕੁਝ ਗਲਤੀਆਂ ਕਰਦੇ ਹਾਂ ਇਹਦੀ ਵਰਤੋਂ ਕਰਨ ਸਮੇਂ, ਤਾਂ ਇਹੋ ਪਾਣੀ ਜਿਹੜਾ ਆਪਣੀ ਫਸਲ ਦੇ ਲਈ ਜ਼ਹਿਰ ਦਾ ਕੰਮ ਵੀ ਕਰਦਾ ਹੈ। ਝੋਨਾ ਇੱਕ ਇਹੋ ਜਿਹੀ ਫਸਲ ਹੈ ਜਿਹੜਾ ਪਾਣੀ ਨੂੰ ਸਹਾਰ ਸਕਦਾ ਹੈ, ਪਾਣੀ ਦਾ ਸਾਹਮਣਾ ਕਰ ਸਕਦਾ ਹੈ, ਪਰ ਇੱਕ ਲੈਵਲ ਤੱਕ। ਵੱਖ ਵੱਖ ਸਟੇਜਾਂ ਦੇ ਹਿਸਾਬ ਦੇ ਨਾਲ ਵੱਖ ਵੱਖ ਪਾਣੀ ਦੀ ਮੈਨੇਜਮੈਂਟ ਜਿਹੜੀ ਹੈ ਆਪਾਂ ਨੂੰ ਉਹ ਝੋਨੇ ਦੇ ਵਿੱਚ ਕਰਨੀ ਪੈਂਦੀ ਹੈ। ਸੋ ਇਸ ਸਮੇਂ ਗੋਭ ਬਣਨੀ ਚਾਲੂ ਹੋ ਚੁੱਕੀ ਹੈ। ਕੁਝ ਖਾਸ ਗੱਲਾਂ ਜਿਨ੍ਹਾਂ ਦਾ ਆਪਾਂ ਨੂੰ ਇਸ ਸਮੇਂ ਧਿਆਨ ਰੱਖਣਾ ਚਾਹੀਦਾ, ਇਸ ਵੀਡੀਓ ਦੇ ਵਿੱਚ ਅੱਗੇ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਜਿਹੜੇ ਕੁਝ ਨਵੇਂ ਜ਼ਿਮੀਂਦਾਰ ਆਪਣੇ ਚੈਨਲ 'ਤੇ ਪਹਿਲੀ ਵਾਰੀ ਆਏ ਨੇ, ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲ ਜਿਹੜਾ ਇੱਕ ਬੈਲ ਦਾ ਬਟਨ ਹੈ ਉਹ ਵੀ ਦਬਾ ਲਓ ਤਾਂ ਜੋ ਹੋਰ ਵੀ ਆਉਣ ਵਾਲੀਆਂ ਵੀਡੀਓ ਜਿਹੜੀਆਂ ਉਹ ਵੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ। 80% ਜ਼ਿਮੀਂਦਾਰ ਜਿਹੜੇ ਆ ਪਾਣੀ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ 'ਤੇ ਧਿਆਨ ਦੇ ਲੈਂਦੇ ਆ। ਇੱਕ ਪਾਣੀ ਨੂੰ ਛੱਡ ਕੇ, ਪਾਣੀ ਨੂੰ ਆਪਾਂ ਬਹੁਤਾ ਕੋਈ ਤਰਜੀਹ ਨਹੀਂ ਦਿੰਦੇ, ਬਹੁਤਾ ਇਹਨੂੰ ਕੋਈ ਖਾਸ ਨਹੀਂ ਸਮਝਦੇ, ਪਰ ਪਾਣੀ ਹੀ ਉਹ ਚੀਜ਼ ਹੈ ਜਿਹਨੇ ਤੁਹਾਡਾ ਝਾੜ ਜਿਹੜਾ ਡਿਸਾਈਡ ਕਰਨਾ ਹੈ। ਵੱਖ ਵੱਖ ਸਟੇਜਾਂ ਦੇ ਹਿਸਾਬ ਦੇ ਨਾਲ ਆਪਾਂ ਨੂੰ ਵੱਖ ਵੱਖ ਪਾਣੀ ਜਿਹੜਾ ਹੈ ਆਪਣੀ ਜ਼ਮੀਨ ਦੇ ਵਿੱਚ ਮੇਨਟੇਨ ਕਰਨਾ ਪੈਂਦਾ ਹੈ। ਪਿਛਲੇ ਦਿਨਾਂ ਦੇ ਵਿੱਚ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਸੀ, ਆਪਣੇ ਕੋਲ ਇੱਕ ਬਹੁਤ ਵਧੀਆ ਸੁਨਹਿਰੀ ਮੌਕਾ ਸੀ ਝੋਨੇ ਦੇ ਵਿੱਚੋਂ ਪਾਣੀ ਸੁਕਾਉਣ ਦਾ। ਜਦੋਂ ਤੱਕ ਇੱਕ ਬੱਚਾ ਛੋਟਾ ਛੋਟੀ ਮੁੰਜਰ ਜਿਹੜੀ ਆ ਝੋਨੇ ਦੇ ਵਿੱਚ ਬਣਨੀ ਚਾਲੂ ਨਹੀਂ ਹੋ ਜਾਂਦੀ, ਤੁਸੀਂ ਜ਼ਮੀਨ ਨੂੰ ਚਿੱਟਾ ਵੀ ਕਰ ਸਕਦੇ ਹੋ। ਪਰ ਜਿਹੜੇ ਝੋਨੇ ਹੁਣ ਗੋਭ ਵੱਲ ਨੂੰ ਵਧਣੇ ਚਾਲੂ ਹੋ ਗਏ ਨੇ, ਗੋਭ ਦੇ ਵਿੱਚ ਸਪੇਸ ਜਿਹੜੀ ਹੈ ਬਣਨੀ ਸ਼ੁਰੂ ਹੋ ਗਈ ਹੈ, ਉੱਥੇ ਝੋਨੇ ਨੂੰ ਫਿਰ ਤੋਂ ਜਿਹੜੀ ਹੈ ਪਾਣੀ ਦੀ ਜ਼ਰੂਰਤ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ। 40 ਤੋਂ 45 ਜਾਂ ਹੱਦ 50 ਦਿਨ ਤੱਕ ਤੁਸੀਂ ਝੋਨੇ ਨੂੰ ਸੁਕਾ ਸਕਦੇ ਹੋ, ਇੱਕ ਵਾਰੀ ਚਿੱਟਾ ਕਰ ਸਕਦੇ ਹੋ, ਹੇਠਾਂ ਜ਼ਮੀਨ ਜਿਹੜੀ ਹੈ ਉਹਨੂੰ ਪਾਣੀ ਥੱਲੇ ਲਵਾ ਕੇ ਚਿੱਟਾ ਕਰ ਸਕਦੇ ਹੋ। ਪਰ ਉਹਦੇ ਤੋਂ ਬਾਅਦ ਦੇ ਵਿੱਚ ਹੁਣ ਜ਼ਮੀਨ ਦੇ ਵਿੱਚ ਨਮੀ ਦਾ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਅਗਲੀ ਸਟੇਜ ਦੇ ਵਿੱਚ ਜਦੋਂ ਨਾਲੀਆਂ ਫੁੱਲਣੀਆਂ ਸ਼ੁਰੂ ਹੋ ਜਾਣੀਆਂ ਨੇ ਉਦੋਂ ਜ਼ਮੀਨ ਦੇ ਵਿੱਚ 1 ਤੋਂ 1.5-2 ਇੰਚ ਪਾਣੀ ਜਿਹੜਾ ਲਾਜ਼ਮੀ ਹੋ ਜਾਣਾ ਹੈ। 50-52 ਦਿਨ ਤੋਂ ਛੋਟੇ ਝੋਨੇ ਦੇ ਵਿੱਚ ਤੁਸੀਂ ਆਰਾਮ ਦੇ ਨਾਲ ਪਾਣੀ ਇੱਕ ਵਾਰੀ ਥੱਲੇ ਲਵਾ ਕੇ ਜ਼ਮੀਨ ਨੂੰ ਚਿੱਟਾ ਕਰ ਸਕਦੇ ਹੋ ਤਾਂ ਜੋ ਬਿਮਾਰੀਆਂ ਘੱਟ ਆਉਣ। ਪਰ ਇਹਦੇ ਤੋਂ ਬਾਅਦ ਦੇ ਵਿੱਚ ਜ਼ਮੀਨ ਦਾ ਗਿੱਲਾ ਰਹਿਣਾ ਲਾਜ਼ਮੀ ਹੋ ਜਾਂਦਾ ਹੈ, ਅਤੇ ਜਦੋਂ ਨਾਲੀਆਂ ਤੁਹਾਡੇ ਝੋਨੇ ਦੀਆਂ ਫੁੱਲਣੀਆਂ ਸ਼ੁਰੂ ਹੋ ਜਾਣੀਆਂ ਨੇ ਉਦੋਂ ਉਹਦੇ ਵਿੱਚੋਂ ਕਿਸੇ ਵੀ ਹਾਲ ਦੇ ਵਿੱਚ ਪਾਣੀ ਨਹੀਂ ਸੁੱਕਣਾ ਚਾਹੀਦਾ। ਇੱਕ ਸੌਖਾ ਆਮ ਜਿਹਾ ਜੱਟੂ ਤਰੀਕਾ ਜੇ ਆਪਾਂ ਗੱਲ ਕਰਦੇ ਹਾਂ ਝੋਨੇ ਦੇ ਨਾਲੋਂ, ਜਦੋਂ ਗੋਭ ਬਣ ਚੁੱਕੀ ਹੈ ਇੱਕ ਨਾਲੀ ਕੱਟੋ ਹੇਠਾਂ ਤੋਂ ਲੈ ਕੇ, ਉਹਨੂੰ ਪਾੜ ਕੇ ਵੇਖੋ ਕਰਦ ਦੇ ਚਾਕੂ ਦੇ ਜਾਂ ਬਲੇਡ ਦੇ ਨਾਲ, ਜੇ ਉਹਦੇ ਵਿੱਚ ਛੋਟੀ ਜਿਹੀ ਮੁੰਜਰ ਬਣਨੀ ਸ਼ੁਰੂ ਹੋ ਗਈ ਹੈ, ਸਪੇਸ ਜੇ ਬਣਨੀ ਚਾਲੂ ਹੋ ਗਈ ਹੈ, ਤਾਂ ਇਹਦਾ ਮਤਲਬ ਹੈ ਤੁਹਾਡੇ ਝੋਨੇ ਦੇ ਵਿੱਚ ਗਿੱਲਾ ਵੱਤਰ ਰੱਖਣਾ ਜ਼ਰੂਰੀ ਹੈ। ਇਸ ਸਮੇਂ ਜੇ ਝੋਨੇ ਨੂੰ ਸੋਕਾ ਜ਼ਿਆਦਾ ਲੱਗਦਾ ਹੈ ਤਾਂ ਉਹਦਾ ਮੁੰਜਰ ਦੇ ਉੱਪਰ ਬਹੁਤ ਮਾੜਾ ਪ੍ਰਭਾਵ ਜਿਹੜਾ ਉਹ ਪੈ ਸਕਦਾ ਹੈ। ਸੋ ਇਸ ਵੀਡੀਓ ਦੇ ਵਿੱਚ ਇਹੀ ਕੁਝ ਛੋਟੀ ਜਿਹੀ ਜਾਣਕਾਰੀ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਸੀ। ਹੋਰ ਜ਼ਿਮੀਂਦਾਰਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ। ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।